ਹਾਂਜੀ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਪਲੱਸ 2 ਕਲਾਸ ਦੇ ਜੋ ਤੁਹਾਡਾ ਬੁੱਕ ਵਰਕ ਹੈ ਉਸ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਗ੍ਰਾਮਰ ਪੋਰਸ਼ਨ ਦੇ ਵਿੱਚ ਤੁਹਾਨੂੰ ਡਿਟਰਮੀਨਰ ਡਿਟਰਮੀਨਰ ਨੇ ਜਿਹੜੇ ਆਉਣੇ ਨੇ ਬੁੱਕ ਦੇ ਵਿੱਚ ਜਿਹੜੇ ਤੁਹਾਡੇ ਐਕਸਰਸਾਈਜ਼ਸ ਦਿੱਤੀਆਂ ਨੇ ਬੁੱਕ ਵਰਕ ਦੇ ਵਿੱਚ ਉਸ ਦੇ ਵਿੱਚ ਜੋ ਡਿਟਰਮੀਨਰਸ ਵਾਲੀਆਂ ਐਕਸਰਸਾਈਜ਼ ਨੇ ਉਹ ਸੋਲਵ ਕਰਾਂਗੇ ਇਸ ਵੀਡੀਓ ਦੇ ਵਿੱਚ ਆਪਾਂ ਸੋ ਆਪਣੇ ਕੋਲ 3 ਲੈਸਨ ਹੈ ਜਿਹੜਾ ਉਸ ਦੇ ਵਿੱਚ ਆਪਣੇ ਕੋਲ ਡਿਟਰਮੀਨਰਸ ਨੇ ਉਸ ਦੇ ਵਿੱਚ ਆਪਣੇ ਕੋਲ ਫਸਟ ਹੈ i have dash friends in the city is de vich apna right answer hai jada oh hai many i have many friends in the city second a dash umbrella is dash useful thing a and the de vich opa use karke likhna hai is de vich tonu pata ki vowel sounds de naal hai jada an use hunda so u karke an umbrella is a useful thing an umbrella is a useful thing so ye hoga apne kol second da answer ਥਰਡ ਡੈਸ਼ ਅ ਮੈਨ ਹੈਜ਼ ਡਾਈਡ ਆਫ ਕਲੈਰਾ ਕਿ ਕਲੋਰਾ ਦੀ ਜਿਹੜੀ ਬਿਮਾਰੀ ਕਰਕੇ ਜਿਹੜੇ ਕਾਫੀ ਆਦਮੀ ਸੀ ਜਿਹੜੇ ਲੋਕ ਸੀ ਉਹ ਮਰੇ ਸੀ ਇਸ ਦੇ ਵਿੱਚ ਆਪਣੇ ਕੋਲ ਆਏਗਾ ਮੈਨੀ ਮੈਨੀ ਅ ਮੈਨ ਹੈਜ਼ ਡਾਈਡ ਆਫ ਕਲੈਰਾ ਨੈਕਸਟ ਵਨ ਡੈਸ਼ ਚਿਲड्रन ਗੋ ਟੂ ਸਕੂਲ ਏਵਰੀ ਡੇ ਹੁਣ ਦਿਸ ਤੇ ਦੀਸ ਦੇ ਵਿੱਚੋਂ ਹੁਣ ਆਪਾਂ ਨੂੰ ਪਤਾ ਹੈ ਕਿ ਜਿਹੜਾ ਦੀਸ ਆ ਉਹ ਜ਼ਿਆਦਾ ਲਈ ਯੂਜ਼ ਹੁੰਦਾ ਹੈ ਤੇ ਚਿਲड्रन ਨੇ ਜਿਹੜਾ ਉਹ ਪਲੂਰਲ ਹੋ ਗਿਆ ਸੋ ਇੱਥੇ ਆਪਾਂ ਨਾ ਹੋਏਗਾ ਦੀਸ ਜੇਥੇ ਇੱਕ ਬੱਚੇ ਚਾਈਲਡ ਦੀ ਗੱਲ ਕਰੀ ਹੁੰਦੀ ਤਾਂ ਆਪਾਂ ਏ ਚੂਜ਼ ਕਰਦੇ ਬਟ ਇੱਥੇ ਜਿਹੜਾ ਜਾਦੇ ਬੱਚਿਆਂ ਦੀ ਗੱਲ ਕੀਤੀ ਆ ਸੋ ਵੀ ਕੈਨ ਯੂਜ਼ ਥੀਸ ਹੇਅਰ ਥੀਸ ਚਿਲड्रन ਗੋ ਟੂ ਸਕੂਲ ਏਵਰੀ ਡੇ ਨੈਕਸਟ ਹੈ ਡਿਡ ਯੂ ਸੀ ਡੈਸ਼ ਐਲੀਫੈਂਟਸ ਇਨ ði ਫੋਰੈਸਟ ਐਨੀ ਜਦੋਂ ਕੁਐਸਚਨ ਮਾਰਕ ਵਾਲਾ ਹੋਵੇ ਕੋਈ ਵੀ ਫਿਲਪ ਹੈ ਜਿਹੜੀ ਆਪਣੇ ਕੋਲ ਕੁਐਸਚਨ ਮਾਰਕ ਵਾਲੀ ਹੋਵੇ ਤੇ ਆਪਣੇ ਕੋਲ ਆਪਸ਼ਨ ਦੇ ਵਿੱਚ ਐਨੀ ਹੋਵੇ ਤਾਂ ਆਪਣੇ ਕੋਲ ਐਨੀ ਹੀ ਆ ਜਿਹੜਾ ਆਨਸਰ ਆਏਗਾ ਜਦੋਂ ਕੁਐਸਚਨ ਮਾਰਕ ਵਾਲੀ ਫਿਲਪ ਅਪ ਹੋਵੇ ਉੱਥੇ ਜਿਹੜਾ ਆਨਸਰ ਦੇ ਵਿੱਚ ਐਨੀ ਆਂਦਾ ਹੁੰਦਾ ਡਿਡ ਯੂ ਸੀ ਐਨੀ ਐਲੀਫੈਂਟਸ ਇਨ ਫੋਰੈਸਟ ਨੈਕਸਟ ਹੈ ਸ਼ੀ ਇਜ਼ ਪ੍ਰਾਊਡ ਆਫ ਡੈਸ਼ ਬਿਊਟੀ ਸ਼ੀ ਐ ਸੋ ਹਰ ਸ਼ੀ ਇਜ਼ ਪ੍ਰਾਊਡ ਆਫ ਹਰ ਬਿਊਟੀ ਕਿਉਂਕਿ ਸ਼ੀ ਦੇ ਨਾਲ ਹਰ ਲੱਗਦਾ ਅਗਰ ਇੱਥੇ ਹੀ ਹੁੰਦਾ ਤਾਂ ਆਪਾਂ ਹਿਸ ਯੂਜ਼ ਕਰਨਾ ਸੀ ਬਿਕਾਜ਼ ਆਫ ਸ਼ੀ ਵੀ ਯੂਜ਼ हर नैक्सट है डैश प्लांट इज़ डाइंग प्लांट एक प्लांट है सो so, इतें क्या आएगा दैट जे ज्यादा होंगे प्लांट्स होंगे तो इतने दो यूज करना सी अपना सो बिकॉज ऑफ वन सिंगुलर है इसलिए आप यूज़ किया दैट प्लांट इज डाइन एथ डैश द गर्ल्स आर प्रेजेंट टूडे ऑल बिकॉज गर्ल्स एस लाग गया ਪਲੂਰਲ ਹੈ ਸੋ ਸਾਰਿਆਂ ਦੀ ਗੱਲ ਹੋ ਰਹੀ ਹੈ ਕਿ ਸਾਰੀਆਂ ਕੁੜੀਆਂ ਨੇ ਜਿਹੜੀਆਂ ਅੱਜ ਪ੍ਰੈਜ਼ੈਂਟ ਨੇ 올 ਗਰਲਸ 올 ਦੀ ਗਰਲਸ ਆਰ ਪ੍ਰੈਜ਼ੈਂਟ ਟੁਡੇ ਨੈਕਸਟ ਹੈ ਸ਼ੀ ਡਿਡ ਨਾਟ ਸੈਂਡ ਮੀ ਡੈਸ਼ ਰਿਪਲਾਈ ਡਿਡ ਨਾਟ ਨੈਗੇਟਿਵ ਹੈ ਸੋ ਇੱਥੇ ਆਏਗਾ ਐਨੀ ਜਦੋਂ ਨੈਗੇਟਿਵ ਹੋਵੇ ਸੈਂਟੈਂਸ ਫਿਲ ਅਪ ਨੈਗੇਟਿਵ ਦੇ ਵਿੱਚ ਹੋਵੇ ਜਾਂ ਇੰਟਰੋਗੇਟਿਵ ਹੋਵੇ ਕੁਐਸਚਨ ਮਾਰਕ ਵਾਲੀ ਹੋਵੇ ਤਾਂ ਉਦੋਂ ਆਪਾਂ ਐਨੀ ਹੀ ਚੂਜ਼ ਕਰਨਾ इस करके अपना इतने आया आंसर एनी शी डिड नॉट सेंड मी एनी रिप्लाई उन्हें मैंने कोई रिप्लाई है जोड़ा जवाब नहीं दिता लास्ट है डैश मैन इज एक्सपैक्ट टू डू हिज़ बैस्ट एवरी मैन कि हर एक व्यक्ति तो जो एक्सपैक्ट किया जाता कि बैस्ट करे एवरी मैन इज एक्सपैक्टड टू डू हिज बेस्ट नैक्सट चैप्टर द एक्सरसाइज है अपने कोल फिलन द ब्लैक्स विद सुटेबल डिटरमीनरस फस्ट है ही डिड नॉट मेक Some any mistakes in his essay. Did not negative sentence sentence. Next, hai, I have lost appetite, so I did not eat any bananas. It's also negative sentence. That's why we use any. Next, hai, I must sign dash will. they. I must sign the bill when i think of india i think of dash things many things many things dash of people go without food in india every day a lot of ki sari log. a lot of people go without food sixth hai, she said dash pan is mighter then this word. the the penis mighter then this word seventh hai dash book you want is not with me the book matlab something special oh kise book di gal kiti ja rahi hai ki jehdi tusi chahunde ho mere kol nahi hai gi so we use the next hai dash houses were damaged in a cyclone ki cyclone de vich jehde kafi jehde ghar hai jehde oh damaged ho gaye ਮੈਨੀ ਨੈਕਸਟ ਵਨ ਆਈ ਸ਼ਲ ਰਟਰਨ ਥਿਸ ਬੁੱਕ ਇਨ ਡੈਸ਼ ਡੇਸ ਅ ਫਿਊ ਡੇਸ ਕਿ ਮੈਂ ਕੁਝ ਦਿਨਾਂ ਦੇ ਵਿੱਚ ਜਿਹੜੀ ਇਹ ਬੁੱਕ ਹੈ ਰਟਰਨ ਕਰ ਦਾਂਗਾ ਇਨ ਅ ਫਿਊ ਡੇਸ ਅ ਫਿਊ ਲਾਸਟ ਹੈ ਆਈ ਹੈਡ ਪੁਟ ਇਨ ਡੈਸ਼ ਹਾਰਡ ਵਰਕ ਮਚ ਆਈ ਹੈਡ ਪੁਟ ਇਨ ਮਚ ਹਾਰਡ ਵਰਕ ਨੈਕਸਟ ਹੈ ਆਪਣੇ ਕੋਲ ਫਿਲ ਇਨ ਦੀ ਬਲੈਂਕਸ ਵਿਦ ਸੂਟੇਬਲ ਡਿਟਰਮੀਨਰਸ ਨੈਕਸਟ ਚੈਪਟਰ ਤੇ ਹੈ ਇਹ ਫਸਟ ਹੈ ਕੀਪ ਟੂ ਡੈਸ਼ ਐਂਡ ਦ ਲੈਫਟ ਕੀਪ ਟੂ ਦੀ ਲੈਫਟ ਇੱਥੇ ਆਪਣਾ ਦ ਅਨਸਰ ਆਏਗਾ ਸੈਕੰਡ ਵੇਅਰ ਸ਼ਲ ਆਈ ਸੈਂਡ ਡੈਸ਼ ਫੇਅਰ ਦ ਫੇਅਰ ਥਰਡ ਆਈ ਨੀਡ ਡੈਸ਼ ਮਨੀ ਸਮ ਮਨੀ ਫੋਰਥ ਹੈ ਕੈਨ ਯੂ ਕੈਚ ਥੀਸ ਥੀਸ ਬਟਰਫਲਾਈ ਇੱਕ ਬਟਰਫਲਾਈ ਦੀ ਗੱਲ ਹੋ ਰਹੀ ਹੈ ਇੱਕ ਤਿਤਲੀ ਦੀ ਗੱਲ ਹੋ ਰਹੀ ਹੈ ਸੋ ਥੀਸ ਜਦੋਂ ਜ਼ਿਆਦਾ ਚੀਜ਼ਾਂ ਹੋਣ ਉਦੋਂ ਥੀਸ ਬਟ ਜਦੋਂ ਸਿੰਗੂਲਰ ਚੀਜ਼ ਦੀ ਗੱਲ ਹੋਵੇ ਤਾਂ ਥੀਸ ਹੁੰਦਾ ਯੂਜ਼ ਆਈ ਕੈਨ ਯੂ ਕੈਚ ਥੀਸ ਬਟਰਫਲਾਈ ਨੈਕਸਟ ਹੈ ਹਾਊ ਡੈਸ਼ ਐਕਸਪੀਰੀਅੰਸ ਹੈਵ ਯੂ ਗਾਟ ਹਾਊ ਮੱਚ ਐਕਸਪੀਰੀਅੰਸ ਹੈਵ ਯੂ ਗਾਟ ਮੱਚ सिक्सथ है अपने को इज़ डैश बेस्ट बॉय इन द क्लास, ही इज द बेस्ट सैवंथ है काइंडली शो मी डैश पेंस, सम पेंस। काइंडली शो मी सम पेंस कि मैंने कुछ पेन दिखा एनी दो एनी आप कदों यूज करना जो तो नैगेटिव या इंटेरोगेटिव सेंटेंस होट है आई डिड नॉट बाय एनी ट्राउज़र्स फ्रॉम द मार्केट did not hai, that's why any ninth hai, there are shady trees on dash either neither side of the road either there are shady trees on the either side of the road last one how dash ink is there in bottle how much ki kinni kuj jisnu gya nahi ja sakda how much ink is there in the bottle ਸੋ ਇਸი ਆਪਣੇ ਡਿਟਰਮਨਰਸ ਜੋ ਤੁਹਾਡੇ ਬੁੱਕਵਰਕ ਦੇ ਵਿੱਚੋਂ ਨੇ ਚਾਂਸਿਸ ਹੁੰਦੇ ਨੇ ਕਿ ਜਿਹੜਾ ਬੁੱਕਵਰਕ ਦੇ ਵਿੱਚੋਂ ਹੀ ਆ ਜਿਹੜੀ ਗ੍ਰਾਮਰ ਪੋਰਸ਼ਨ ਆਣਾ ਹੁੰਦਾ ਥੈਂਕ ਯੂ ਸਟੂਡੈਂਟਸ ਫॉर ਵਾਚਿੰਗ ਵੀਡੀਓ ਪਲੀਜ਼ ਲਾਈਕ ਐਂਡ ਸ਼ੇਅਰ ਵੀਡੀਓ